ਇਹੀ ਭਗਵੰਤ ਮਾਨ ਇਹ ਜਿੰਨੇ ਐਮਐਲਏ ਆ ਇਹਨਾਂ ਦੇ ਇਹ ਕਹਿੰਦੇ ਸੀ ਕਿ ਅਸੀਂ ਲੋਕਾਂ ਨੂੰ ਬੋਲਣਾ ਸਿਖਾਇਆ ਵੈਸੇ ਪੰਜਾਬ ਤਾਂ ਹਮੇਸ਼ਾ ਹੀ ਬੋਲਦਾ ਰਿਹਾ ਲੇਕਿਨ ਇਹਨਾਂ ਦੇ ਹਾਲਾਤ ਇਹ ਹੋਜਿਆ ਕਿ ਇਹ ਹਰ ਚੀਜ਼ ਚੁੱਪ ਕਰਾਉਣੀ ਚਾਹੁੰਦੇ ਆ ਔਰ ਪੁਲਿਸ ਸਟੇਟ ਬਣਾ ਕੇ ਚੁੱਪ ਕਰਾਉਣੀ ਚਾਹੁੰਦੇ ਆ ਮੈਂ ਇੱਕੋ ਹੀ ਬੇਨਤੀ ਕਰੂੰਗਾ ਤੁਹਾਨੂੰ ਸਾਰਿਆਂ ਨੂੰ ਉਕੇ ਪੰਜਾਬ ਸਾਰਿਆਂ ਦਾ ਸਾਂਝਾ ਕਿਸੇ ਦਾ ਇਕੱਲੇ ਦਾ ਨਹੀਂ ਹੈ ਇਹ ਜਿੰਨੇ ਐਮਐਲਏ ਆ ਇਹ ਜਦੋਂ-ਜਦੋਂ ਤੁਹਾਡੇ ਹਲਕਿਆਂ ਚਾਹੁੰਦੇ ਇਹਨਾਂ ਨੂੰ ਘੇਰ ਕੇ ਪੁੱਛੋ ਤਾਂ ਸਹੀ ਭੀ ਜੇ ਇਹਨਾਂ ਮੁੱਦਿਆਂ ਤੇ ਡਿਸਕਸ਼ਨ ਨਹੀਂ ਕਰਨੀ ਤਾਂ ਫਿਰ ਇੱਕ ਐਮਐਲਏ ਨੇ ਕਰਨਾ ਕੀ ਆ ਫਿਰ ਇੱਕ ਐਮਐਲਏ ਦੇ ਫਰਜ਼ ਕੀ ਆ ਜੇ ਉਹ ਪੰਜਾਬ ਦੀ ਗੱਲ ਨਹੀਂ ਕਰਦਾ ਜੇ ਉਹ ਆਪਣੇ ਹਲਕੇ ਦੀ ਗੱਲ ਨਹੀਂ ਕਰਦਾ ਤੇ ਇਹਨਾਂ ਨੂੰ ਸਾਥੀਓ ਕਿਉਂਕਿ ਅੱਜ ਸਮਾਂ ਆ ਗਿਆ ਸਾਨੂੰ ਆਪਣੇ ਆਪ ਹੀ ਬਚਣਾ ਪੈਣਾ ਕਿਉਂਕਿ ਜਿੱਥਰ ਨੂੰ ਇਹ ਸਿਸਟਮ ਤੁਰਿਆ ਜਾ ਰਿਹਾ ਔਰ ਜਿੱਧਰ ਨੂੰ ਇਹ ਡੰਡੇ ਨਾਲ ਚੁੱਪ ਕਰਾਉਣਾ ਚਾਹੁੰਦੇ ਆ ਮੈਂ ਸਮਝਦਾ ਇਹਨਾਂ ਦੀ ਮਾਨਸਿਕਤਾ ਕਿ ਇਹਨਾਂ ਨੂੰ ਕੋਈ ਵੀ ਜਿਹੜਾ ਕੁਐਸਚਨ ਕਰੇ ਉਹ ਬੜਾ ਤਕਲੀਫ ਦੇ ਆ ਔਰ ਖਾਸ ਕਰਕੇ ਭਗਵੰਤ ਮਾਨ ਨੂੰ ਮੇਰੇ ਨਾਲ ਚੰਗੇ ਸਬੰਧ ਹੈ ਲੇਕਿਨ ਐਰੋਗੈਂਸੀ ਇੰਨੀ ਆ ਕਿ ਮੈਨੂੰ ਕੋਈ ਪੁੱਛ ਨਹੀਂ ਸਕਦਾ ਇਹ ਤਾਂ ਡਿਕਟੇਟਰਸ਼ਿਪ ਨੂੰ ਵੀ ਦੇਖੋ ਇਹ ਦਿੱਲੀ ਜਾ ਕੇ ਜੋ ਬੀਜੇਪੀ ਦੇ ਖਿਲਾਫ ਰੌਲਾ ਪਾਉਂਦੇ ਆ ਉਹ ਪੰਜਾਬ ਦੇ ਵਿੱਚ ਉਦੋਂ ਚਾਰ ਕਦਮ ਗਾਂ ਵਧ ਕੇ ਇਹ ਸਾਰਾ ਕੁਝ ਕਰਦੇ ਆ ਚਾਹੇ ਮਸ਼ਹੂਰੀਆਂ ਦੀ ਗੱਲ ਕਰ ਲਓ ਚਾਹੇ ਲੈਂਡ ਆਰਡਰ ਦੀ ਗੱਲ ਕਰ ਲਓ ਚਾਹੇ ਈਡੀ ਦੀ ਗੱਲ ਕਰ ਲਓ ਉਹ ਈਡੀ ਭੇਜਦੇ ਆ ਸੀਬੀਆਈ ਭੇਜਦੇ ਆ ਇਹ ਵਿਜੀਲੈਂਸ ਭੇਜਦੇ ਆ ਕਿਉਂਕਿ ਜਿਹੜਾ ਵੀ ਬੰਦਾ ਇਹਨਾਂ ਨੂੰ ਕੁਐਸਚਨ ਕਰੂਗਾ ਉਹ ਇਹਨਾਂ ਨੂੰ ਬੜਾ ਤਕਲੀਫ ਦੇ ਆ ਪਰ ਭਗਵਾਨਤਮਾਨ ਜੀ ਕਿਤੇ ਇਹ ਨਾ ਭੁੱਲਿਓ ਪਈ ਪੰਜਾਬ ਹਮੇਸ਼ਾ ਕੁਐਸਚਨ ਕਰਦਾ ਰਿਹਾ ਤੇ ਕੁਐਸਚਨ ਕਰਦਾ ਰਹਿਣਾ ਔਰ ਦੋਸਤੋ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਜਦੋਂ ਜਦੋਂ ਵੀ ਇਹਨਾਂ ਦੇ ਐਮਐਲਏ ਤੁਹਾਨੂੰ ਮਿਲਦੇ ਆ ਆ ਜਿਹੜੇ ਇਸ਼ੂਜ਼ ਹੈਗੇ ਆ ਇਹਨਾਂ ਨੂੰ ਕਹੋ ਵੀ ਜੇ ਇਹਨਾਂ ਨੂੰ ਅਸੀਂ ਡਿਸਕਸ ਨਹੀਂ ਕਰਨਾ ਕਿਉਂ ਅਸੀਂ ਕਹਿ ਰਹੇ ਸੀ ਕਿ ਇਹ 10 ਦਿਨ ਦਾ 15 ਦਿਨ ਦਾ ਸੈਸ਼ਨ ਹੋਣਾ ਚਾਹੀਦਾ ਹੋਰ ਐਮਐਲਏ ਨੇ ਕਰਾਣਾ ਕੀ ਆ ਹੋਰ ਐਮਐਲਏ ਕੋਲ ਕੰਮ ਕੀ ਆ ਜਿਹੜਾ ਇਹ ਕੰਮ ਜਿਹੜਾ ਉਹ ਇੰਪੋਰਟੈਂਟ ਨਹੀਂ ਗਿਣਦੇ ਕਿਉਂਕਿ ਸੰਵਾਦ ਦੇ ਵਿੱਚ ਪੈਣਾ ਨਹੀਂ ਚਾਹੁੰਦੇ ਇਹਨਾਂ ਨੂੰ ਕੁਐਸਚਨ ਕਰਨਾ ਬਹੁਤ ਮਾੜਾ ਲੱਗਦਾ ਜਿਸ ਸਿਚੁਏਸ਼ਨ ਦੇ ਵਿੱਚੋਂ ਇਹ ਨਿਕਲ ਕੇ ਆਏ ਆ ਉਹੀ ਸਿਚੁਏਸ਼ਨ ਇਹਨਾਂ ਨੂੰ ਬਾੜੀ ਲੱਗਦੀ ਆ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਜ਼ਰੂਰ ਹੈ ਵੀ ਇਹਨਾਂ ਨੂੰ ਜ਼ਰੂਰ ਘੇਰ ਕੇ ਪੁੱਛੋ ਤਾਂ ਕਿ ਡੈਮੋਕ੍ਰੇਸੀ ਦੀਆਂ ਕਿਉਂਕਿ ਮੈਂ ਤਾਂ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਇਦਾਂ ਹੀ ਖੜਾ ਰਿਆਂ ਔਰ ਇਦਾਂ ਹੀ ਕੁਐਸਚਨ ਕਰਦਾ ਰਿਆਂ ਭਾਵੇਂ ਮੈਂ ਉਹਨਾਂ ਦਾ ਹਿੱਸਾ ਸੀ ਪਰ ਅਲਟੀਮੇਟਲੀ ਜੇ ਤੁਸੀਂ ਸੁਣੋਗੇ ਨਹੀਂ ਕਿਸੇ ਦੀ ਆਵਾਜ਼ ਨਹੀਂ ਸੁਣੋਗੇ ਤਾਂ ਇੱਕ ਦਿਨ ਇਹੋ ਜਿਹਾ ਆਊਗਾ ਕਿ ਲੋਕੀ ਤੁਹਾਨੂੰ ਟੋਟਲੀ ਨਕਾਰ ਕੇ ਤੇ ਲੇਕਿਨ ਉਦੋਂ ਤੱਕ ਤੁਸੀਂ ਪੰਜਾਬ ਦਾ ਨੁਕਸਾਨ ਬਹੁਤ ਕਰ ਜਾਓਗੇ ਹਜੇ ਵੀ ਤੁਹਾਡੇ ਕੋਲ ਸਮਾਂ ਹੈਗਾ ਮੈਂ ਕਹਿੰਨਾ ਪਿਛਲੀਆਂ ਸਰਕਾਰਾਂ ਨੇ ਗਲਤੀਆਂ ਕੀਤੀਆਂ ਤਾਂ ਹੀ ਤੁਸੀਂ ਬੰਦੇ ਆਏ ਹੋ ਪਰ ਜੇ ਤੁਸੀਂ ਉਦੋਂ ਵੱਡੀਆਂ ਗਲਤੀਆਂ ਕਰ ਰਹੇ ਹੋ ਉਦੋਂ ਵੱਧ ਬੈਗੇਜ ਇਕੱਠਾ ਕਰ ਰਹੇ ਹੋ ਤੇ ਆਉਣ ਵਾਲਾ ਸਮਾਂ ਤੁਹਾਨੂੰ ਕਿਸੇ ਨੇ ਮaaf ਨਹੀਂ ਕਰਨਾ ਲੇਕਿਨ ਪੰਜਾਬ ਦਾ ਉਦੋਂ ਤੱਕ ਨੁਕਸਾਨ ਬਹੁਤ ਹੋ ਜਾਣਾ ਇਹ ਮੇਰੀ ਸਾਰਿਆਂ ਨੂੰ ਗੁਜਾਰਿਸ਼ ਹੈ